ਸਿੱਖ ਕੌਮ ਦੀ ਆਜ਼ਾਦੀ ਦੀ ਪ੍ਰਤੀਕ ਮੈਨਹਟਨ ਵਿਚਲੀ 36ਵੀਂ ਸਿੱਖ ਡੇ ਪਰੇਡ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਿਕਸਵਿਲ ਦੇ ਵਿਵਾਦਿਤ ਡੇਰੇਦਾਰ ਬਾਦਲੀ ਜਥੇਦਾਰ ਅਤੇ ਉਹਨਾਂ ਦੇ ਪੈਰੋਕਾਰਾਂ ਨੂੰ ਟ੍ਰਾਈ ਸਟੇਟ ਤੋਂ ਲੈ ਕੇ ਅਮਰੀਕਾ ਭਰ ਦੀਆਂ ਪੰਥਕ ਜਥੇਬੰਦੀਆਂ ਸਿੱਖ ਲੀਡਰਸ਼ਿਪ ਅਤੇ ਸਮੂਹ ਸੰਗਤਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਸਿੱਖ ਸੰਸਥਾਵਾਂ ਦਾ ਬਿਆਨ ਹੈ ਕਿ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਨੇਸ਼ਨ ਦੀ ਵੱਖਰੀ ਸ਼ੁਰੂ ਹੋਈ ਪਰੇਡ ਅਤੇ ਹੋਰ ਪੰਥਕ ਸਟੇਜਾਂ ਅਤੇ ਸੰਸਥਾਵਾਂ ਵਿੱਚ ਕਿਸੇ ਵੀ ਭਾਰਤੀ ਜਾਂ ਬਾਦਲੀ ਨੁਮਾਇੰਦੇ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਮਰੀਕਾ ਵਿੱਚ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਅਤੇ ਸਿੱਖ ਨੌਜਵਾਨਾਂ ਦੇ ਕਤਲ ਅਤੇ ਪੰਥ ਦੋਖੀ ਬਾਦਲਾਂ ਦੇ ਜਥੇਦਾਰ ਨੂੰ ਸੱਦਾ ਨਾ ਦੇਣ ਦਾ ਮਤਾ ਪਾਇਆ ਗਿਆ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਜਿੱਥੇ ਪਿਛਲੇ ਦਿਨਾਂ ਤੋਂ ਨਿਊਯਾਰਕ ਸਿਟੀ ਵਿੱਚ ਹੋਣ ਵਾਲੀ 36ਵੀਂ ਸਿੱਖ ਡੇ ਪਰੇਡ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ, ਉੱਥੇ ਹੀ ਕੁਝ ਭਾਰਤ ਸਰਕਾਰ ਪੱਖੀ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਕੌਮ ਦੀ ਆਜ਼ਾਦੀ ਅਤੇ ਖਾਲਿਸਤਾਨ ਦੀ ਪ੍ਰਤੀਕ ਮੰਨੀ ਜਾਂਦੀ ਸਿੱਖ ਡੇ ਪਰੇਡ ਦਾ ਮਾਹੌਲ ਖਰਾਬ ਕਰਨ ਦੀ ਮਨਸ਼ਾ ਨਾਲ ਭਾਰਤੀ ਸਟੇਟ ਦੇ ਹਮਦਰਦ ਬਾਦਲਾਂ ਵੱਲੋਂ ਸਿੱਖਾਂ ਸਿਰ ਮੜੇ ਜਥੇਦਾਰ ਰਘਬੀਰ ਸਿੰਘ ਨੂੰ ਇੱਥੇ ਬੁਲਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਪਰ ਦੂਜੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਨੂੰ ਸਮਰਪਿਤ ਖਾਲਸਾ ਪੰਥਕ ਜਥੇਬੰਦੀਆਂ ਅਤੇ ਸਿੱਖ ਕਾਰਕੁਨ ਕਿਸੇ ਵੀ ਤਰ੍ਹਾਂ ਦੀ ਸਰਕਾਰ ਪੱਖੀ ਦਖਲਅੰਦਾਜ਼ੀ ਨੂੰ ਰੋਕਣ ਲਈ ਹਰ ਕਿਸਮ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਬੈਠੇ ਹਨ। ਪਿਛਲੇ ਹਫ਼ਤੇ ਤੋਂ ਲੈ ਕੇ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਪਰੇਡ ਦੇ ਸੰਚਾਲਕ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਵਿੱਚ ਇਹ ਮਸਲਾ ਵਿਚਾਰਿਆ ਗਿਆ ਸੀ, ਜਿੱਥੇ ਕਿਸੇ ਵੀ ਪ੍ਰਬੰਧਕ ਜਾਂ ਮੌਜੂਦਾ ਪ੍ਰਧਾਨ ਨੇ ਬਾਦਲੀ ਜਥੇਦਾਰ ਨੂੰ ਬੁਲਾਉਣ ਬਾਰੇ ਕੋਈ ਗੱਲ ਸਪੱਸ਼ਟ ਨਹੀਂ ਕੀਤੀ। ਸਗੋਂ ਪੰਥਕ ਸੋਚ ਰੱਖਣ ਵਾਲੀ ਕਮੇਟੀ ਦੇ ਬਹੁਗਿਣਤੀ ਮੈਂਬਰਾਂ ਨੇ ਸਰਕਾਰੀ ਨੁਮਾਇੰਦਿਆਂ ਅਤੇ ਜਥੇਦਾਰ ਦਾ ਬਾਈਕਾਟ ਜਾਰੀ ਰੱਖਣ ਦੀ ਗੱਲ ਖੁੱਲ੍ਹ ਕੇ ਕਹੀ ਅਤੇ ਕੌਮੀ ਭਾਵਨਾਵਾਂ ਅਨੁਸਾਰ ਪੰਥਕ ਜਥੇਬੰਦੀਆਂ ਦੇ ਨਾਲ ਖੜਨ ਬਾਰੇ ਸਪੱਸ਼ਟ ਸੁਨੇਹਾ ਦਿੱਤਾ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਵੱਲੋਂ ਹਿਕਸਵਿਲ ਵਾਲੇ ਵਿਵਾਦਿਤ ਡੇਰੇਦਾਰ ਦੇ ਪ੍ਰਭਾਵ ਅਧੀਨ ਆਪਣੀ ਸ਼ਾਖ ਨੂੰ ਦਾਅ 'ਤੇ ਲਾਉਂਦਿਆਂ ਰਲ ਮਿਲ ਕੇ ਕਿਸੇ ਚੋਰ ਮੋਰੀ ਰਾਹੀਂ ਗਿਆਨੀ ਰਘਬੀਰ ਸਿੰਘ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਵਿੱਚ ਜਾਂ ਸਿੱਖ ਡੇ ਪਰੇਡ ਦੌਰਾਨ ਬੁਲਾਉਣ ਦੀਆਂ ਕੰਸੂਆਂ ਲਗਾਤਾਰ ਆ ਰਹੀਆਂ ਹਨ। ਇਸ ਸੰਬੰਧ ਵਿੱਚ ਅਮਰੀਕਾ ਭਰ ਦੀਆਂ ਪੰਥਕ ਜਥੇਬੰਦੀਆਂ ਦੀ ਇੱਕ ਹੰਗਾਮੀ ਤੌਰ 'ਤੇ ਟੈਲੀਕਾਨਫਰੰਸ ਹੋਈ, ਜਿਸ ਵਿੱਚ ਸਾਰਿਆਂ ਨੇ ਬਹੁਤ ਹੀ ਜੋਸ਼ ਅਤੇ ਕੌਮੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਅਤੇ ਰਿਪੋਰਟ ਦੀ ਫਾਈਲ ਦੱਬੀ ਰੱਖਣ ਵਾਲੇ 328 ਸਰੂਪਾਂ ਦੇ ਮਸਲੇ ਤੋਂ ਟਾਲਾ ਵੱਟੀ ਰੱਖਣ ਵਾਲੇ ਸਮੂਹਬੰਦੀ ਸਿੰਘਾਂ ਦੇ ਮਾਮਲੇ 'ਤੇ ਸਿਰਫ ਸਿਆਸਤ ਕਰਨ ਵਾਲੇ ਸੋਧਾ ਸਾਧ ਨੂੰ ਮਾਫ਼ੀ ਦੇਣ ਅਤੇ ਸਿੱਖਾਂ ਨੂੰ ਬੇਨਾਮ ਪੁਲਿਸੀਆਂ ਹੱਥੋਂ ਕਤਲ ਕਰਵਾਉਣ ਵਾਲੇ ਅਤੇ ਕਾਤਲ ਪੁਲਿਸੀਆਂ ਦੀ ਪੁਸ਼ਤ ਪਨਾਹੀ ਕਰਨ ਦੇ ਅਪਰਾਧੀ ਪੰਥ ਦੋਖੀ ਬਾਦਲਾਂ ਅਤੇ ਉਹਨਾਂ ਦੇ ਥਾਪੇ ਕਠਪੁਤਲੀ ਜਥੇਦਾਰਾਂ ਨੂੰ ਕਰੜੇ ਸ਼ਬਦਾਂ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਿਕਸਵਿਲ ਵਾਲੇ ਵਿਵਾਦਿਤ ਡੇਰੇਦਾਰ, ਬਾਦਲੀ ਜਥੇਦਾਰ ਅਤੇ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਖਾਲਿਸਤਾਨ ਨੂੰ ਸਮਰਪਿਤ ਸਿੱਖ ਕੌਮ ਦੀ ਸਾਂਝੀ ਸਿੱਖ ਡੇ ਪਰੇਡ ਵਿੱਚ ਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਕਿਸੇ ਵੀ ਨਤੀਜੇ ਲਈ ਵਿਵਾਦਿਤ ਡੇਰੇਦਾਰ, ਬਾਦਲੀ ਜਥੇਦਾਰ ਖੁਦ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਸਿੱਖ ਡੇ ਪਰੇਡ ਦਾ ਮਾਹੌਲ ਖਰਾਬ ਕਰਨ ਦੀ ਸੂਰਤ ਵਿੱਚ ਪੰਥਕ ਜਥੇਬੰਦੀਆਂ ਅਤੇ ਸਿੱਖ ਕਾਰਕੁਨ ਗੁਰੂ ਦੀ ਓਟ ਆਸਰੇ ਵਿਵਾਦਿਤ ਡੇਰੇਦਾਰ ਦੇ ਹਿਕਸਵਿਲ ਸਥਿਤ ਡੇਰੇ ਵਿੱਚ ਵੀ ਬਾਦਲੀ ਜਥੇਦਾਰ ਨੂੰ ਰੋਕਣ ਲਈ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਸਭ ਦੀ ਜ਼ਿੰਮੇਵਾਰੀ ਹਰ ਚੌਥੇ ਮਹੀਨੇ ਵਿਵਾਦ ਪੈਦਾ ਕਰਨ ਵਾਲੇ ਬਦਨਾਮ ਡੇਰੇਦਾਰ ਅਤੇ ਇਸ ਦੇ ਪਿੱਠੂਆਂ ਦੀ ਹੋਵੇਗੀ। ਪੰਥਕ ਨੁਮਾਇੰਦਿਆਂ ਨੇ ਇਹ ਵੀ ਯਾਦ ਕਰਵਾਇਆ ਕਿ ਸਰਕਾਰੀ ਜਥੇਦਾਰ ਗੁਰਬਚਨ ਸਿੰਘ ਦਾ ਪਤਨ ਵੀ ਨਿਊਯਾਰਕ ਵਿਖੇ ਵਿਰੋਧ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ। ਪੰਜਾਬ ਦੀ ਧਰਤੀ ਤੋਂ ਦੂਰ ਨਿਊਯਾਰਕ ਦਾ ਇਤਿਹਾਸ ਗਵਾਹ ਹੈ ਕਿ ਇੱਥੇ ਪੰਥ ਪੰਜਾਬ ਦੇ ਕਈ ਵਿਰੋਧੀਆਂ ਨੂੰ ਭਜਾਉਣ ਅਤੇ ਉਹਨਾਂ ਦੇ ਹਸ਼ਰ ਤੱਕ ਪਹੁੰਚਾਉਣ ਦਾ ਮਾਣ ਇਸ ਧਰਤੀ ਅਤੇ ਟ੍ਰਾਈ ਸਟੇਟ ਦੇ ਸਿੰਘਾਂ ਨੂੰ ਹਾਸਲ ਹੈ।